सारा हाँ टाइम देख रही है शाम होमड़ आली है सवेर तो नाश्ते तू दोपहर ही देनी है दोपहर का खाना तू रात नू ते राती वाला खाना अद्धी रात करके तू सानू देनी है कोई रिमशा एक काम भी होवे तो मुर्त नाश्ता टाइम ते मेनू इतने सारे काम मैं नू बो कर दे भांडे धो मजियां दा कर की करा मैं एक जनी हां ते होर भी औरता घर दा काम कर दे तू अनोखी औरत नहीं है तो तुसी भी नाल करवा लिया करो ना मेरे तेरे तो नहीं होंदा काम है कोई इतना काम आ गया घर दा हर औरत कर दी है तू कोई वखरी औरत है भाई तेरे तो कल्ली नु काम नहीं आंदा ते कर दे ते सु और तुसी दे नाल एक ही कदी नहीं बनाई मेरी अच्छा तेरी नेकी बनावी है हुन कदी आंख भी लिया करो के बह गई कर सी आपे कर ली सा मेरे कोली करवेंदियां रांदियां कमाल ही हो गई है सारा एंदा तू जदो भी काम करना ते असी तेनु इनाम देना है के काम ते कीता है तू तमाशा ही बनाया तू ते तुसा शोर मचाया है की तमाशा बनाया की ने नदीम तुसी हुन दसो तुसी तो मेरे नाल खपदे रहंदे हो मैं सारे घर दा काम कर दी हां ओ हुन ए कुछ करे ते तुसी वेखो हुन ए खावण पकावण दा कोई टाइम है सही मैं ओही एदे नाल कह रही हां सारा खुदा दा खौफ कीता कर को काम कीता कर हर टाइम तेरी शिकायतें सुनदा रहना तेरे को काम क्यों नहीं आंदा भाई जान कर दी ते सु काम हूं की करदी है तू सारा काम ओ घर दा करदी तू की करदी है एक है रोटियां पकावण वास्ते तू वेल रोटी दा को टाइम है तेनु प्यार ना समझा समझा के असि थक गए जो तेरे ते सख्ती करनी है तो आखना मुझे साढ़े जुल्म करते पे हो साढ़े ना ज्यादतियां करते पे हो खुदा दा खौफ कर ला ते काम कर मैं हुण आंदा पे ते हुण रोटी जल्दी बना रखी ठीक है हुण कर ले जल्दी नदीम आवण वाला फिर ना कहीं गर्मी भी भैया कटकों की पौंदी पई है ओए हो रिमशा अभियान है ना बेटा मैं आया धुप तो बहुत काम कार करके भूख मैंने जड़ा ना कटकों की लगी है तो टुकर दे गिरा दो ठीक है भाईजान तुसी भी चंगे रह गए हो हर कोई मैनू ही मेरे आगे ही कोई बोलता है कि रोटी मंगता है हर कोई मेरे ही आगे रोटी मंगता है तुहानू की मैं ही नजर आनी हाँ तुसी तो मैनू नौकरानी बना के रख लिया तुहानू सारा नजर नहीं आती है ਇਮਸ਼ਾ ਬੇਟਾ ਅੱਜ ਇਸ ਲਹਿਜੇ ਕਿਉਂ ਗੱਲਾਂ ਕਰਦੀ ਪਈ ਮਜਬੂਰ ਕਰ ਦਿੱਤਾ ਹੈ ਨਾ ਤੁਸੀਂ ਭਾਈ ਜਾਨ ਜਿਹੜਾ ਵੀ ਕੰਮ ਹੋ ਰਿਮਸ਼ਾ ਤੂੰ ਆ ਫਲਾਣਾ ਕੰਮ ਹੋਇਆ ਕਿ ਨਹੀਂ ਹੋਇਆ ਤੁਹਾਨੂੰ ਮੈਂ ਹੀ ਨਜ਼ਰ ਆਉਂਦੀ ਹਾਂ ਉਹ ਜਿਹੜੀ ਤੁਸੀਂ ਪਰਨਾ ਕੇ ਲੈ ਕੇ ਆਏ ਹੋ ਪਿਛਲੇ ਪਾਰੇ ਆਪਣੇ ਬਿਰਾ ਦੀ ਲੈ ਕੇ ਆ ਗਏ ਹੋ ਤੁਸੀਂ ਪਰਨਾ ਕੇ ਤਾਂ ਉਹਦੀ ਉਮਰ ਵੇਖੋ ਤੇ ਆਪਣੇ ਬਿਰਾ ਦੀ ਉਮਰ ਵੇਖੋ ਉਸ ਫਿਰ ਕੀ ਕਰਨਾ ਹੈ ਕੰਮ ਘਰ ਵਿੱਚ ਕੀ ਮਜਬੂਰੀ ਕੀ ਸੀ ਤੁਹਾਨੂੰ ਉਹਨੂੰ ਪਰਨਾਵਣ ਦੀ ਚਲੋ ਇਹ ਕਾਵੜ ਨਾ ਕਰ ਤੇ ਮੈਨੂੰ ਦੱਸੋ ਹੈ ਕਿਤੇ ਸਾਰਾ ਤੰਦੂਰੀ ਬਾਲ ਰਹੀ ਹੈ ਮੈਂ ਹੁਣ ਆਟਾ ਗੁੰਨ ਕੇ ਦੇ ਕੇ ਆਈ ਹਾਂ ਲੱਕੜੀਆਂ ਵੀ ਬਾਲ ਕੇ ਦੇ ਕੇ ਆਈ ਕਿ ਹੁਣ ਤੂੰ ਰੋਟੀ ਪਕਾ ਸਾਰੇ ਘਰ ਦਾ ਕੰਮ ਮੈਨੂੰ ਕੱਲੇ ਕਰਨਾ ਪੈਂਦਾ ਹੈ ਤੂੰ ਮੇਰਾ ਪੁੱਤ ਰੇਂਜ ਕਰੇ ਨਾ ਜ਼ਿਆਦਾ ਪਰੇਸ਼ਾਨ ਨਾ ਹੋ ਤੇ ਬਿਰਾ ਮੇਰਾ ਅੰਦਾ ਤੇ ਮੈਂ ਉਹਦੇ ਨਾਲ ਗੱਲ ਕਰੇ ਨਾ ਹੈ ਕਰੋ ਗੱਲ ਕਰੇ ਹੀ ਕੋਈ ਗੱਲ ਬਣਨੀ ਹੈ ਇੰਜ ਨਹੀਂ ਮੇਰੇ ਤੋਂ ਗੁਜ਼ਾਰਾ ਹੁੰਦਾ ਕੱਲੇ ਕੰਮ ਕਰ ਕਰਕੇ ਤੇ ਕੋਸ਼ਿਸ਼ ਕਰਕੇ ਰਲ ਮਿਲ ਕੇ ਕਿਵੇਂ ਟੁੱਕਰ ਦਾ ਗਿਰਾਂ ਤਾਂ ਦਿਓ ਭੁੱਖ ਬੜੀ ਲੱਗੀ ਹੈ ਠੀਕ ਹੈ ਭਾਈਜਾਨ ਮੈਂ ਉਹਨੂੰ ਕਹਿ ਦਿੰਦੀ ਹਾਂ ਕਿ ਜਲਦੀ ਪਕਾਵੇ ਤੇ ਤੁਹਾਨੂੰ ਦੇਵੇ ਵੇਖੋ ਰਿਮਸ਼ਾ ਹੁਣ ਘਰ ਦੇ ਵਿੱਚ ਇਹ ਰੰਨਾਂ ਦਾ ਹੀ ਕੰਮ ਹੈ ਨਾ ਪਕਾਉਣਾ ਤੇ ਮਰਦਾਂ ਨੂੰ ਖਵਾਉਣਾ ਹੁਣ ਅਸੀਂ ਆਪ ਹੁਣ ਪਕਾਉਣਾ ਸ਼ੁਰੂ ਕਰ ਦੇਈਏ ਇਹ ਵੇਖੋ ਭਾਈ ਜਾਨ ਤੁਸੀਂ ਮੈਨੂੰ ਤੇ ਮਾਫ ਕਰੋ ਮੇਰੇ ਤੋਂ ਨਹੀਂ ਹੁੰਦਾ ਹੁਣ ਇੰਨਾ ਕੰਮ ਠੀਕ ਹੈ ਨਾ ਮੈਂ ਪਹਿਲੇ ਵੀ ਕਰਦੀ ਹਾਂ ਸਾਰਾ ਕੰਮ ਉਹ ਸਾਰਾ ਹੈ ਮੈਂ ਉਹਨੂੰ ਸੱਦੀ ਹਾਂ ਤੇ ਜਿਹੜਾ ਵੀ ਕੰਮ ਹੋਣਾ ਉਹਨੂੰ ਹੀ ਦੱਸਿਆ ਕਰੋ ਮੇਰੇ ਤੋਂ ਕੋਈ ਕੰਮ ਨਹੀਂ ਲੈਣਾ ਨਾ ਮੈਂ ਹੁਣ ਕਰਨਾ ਹੈ ਮੇਰੀ ਹੋ ਗਈ ਹੈ ਬਸ ਸਾਰਾ ਇੱਧਰ ਆ ਹੁਣ ਉਹਨੂੰ ਹੀ ਕਹਿਣਾ ਤੁਸੀਂ ਸਾਰਾ ਇੱਧਰ ਆ ਕੀ ਹੋਇਆ ਇਹ ਆ ਗਈ ਹੈ ਹੁਣ ਜਿਹੜਾ ਵੀ ਕੰਮ ਹੋ ਇਹਨੂੰ ਦੱਸਣਾ ਤੇ ਹੁਣ ਕੋਈ ਵੀ ਮੇਰੇ ਤੋਂ ਨਾ ਰੋਟੀ ਦਾ ਪੁੱਛੇ ਨਾ ਪਾਣੀ ਦਾ ਪੁੱਛੇ ਕਿਸੇ ਵੀ ਸ਼ੈ ਦਾ ਨਾਂ ਨਹੀਂ ਲੈਣਾ ਮੇਰੇ ਅੱਗੇ ਮੈਂ ਹੁਣ ਕੋਈ ਕੰਮ ਨੂੰ ਨਹੀਂ ਹੱਥ ਲਾਣਾ ਤੇ ਤੂੰ ਇਸ ਘਰ ਦੀ ਵਡੇਰੀ ਸਮਝ ਆਈ ਨਾ ਤੇ ਤੇਰਾ ਹੱਕ ਬਣਦਾ ਸਾਰਿਆਂ ਦਾ ਕੰਮ ਕਰਨਾ ਸਮਝ ਆਈ ਨਾ ਤੂੰ ਕਿਹੜਾ ਕੰਮ ਕੀਤਾ ਤੂੰ ਤੇ ਮੈਨੂੰ ਪਹਿਲੇ ਦੱਸ ਸਾਰੇ ਕੰਮ ਤੇ ਮੈਂ ਕਰਦੀ ਆ ਫੋਸੀਆਂ ਮੈਂ ਥੱਪਦੀ ਆ ਘਾਹ ਮੈਂ ਵੜਦੀ ਆ ਰਿੰਦੀ ਪਕੈਂਦੀ ਮੈਂ ਆ ਕੱਪੜੇ ਮੈਂ ਧੋਂਦੀ ਆ ਤੂੰ ਕੀ ਕਰਦੀ ਐ ਵਡੇਰੀ ਹਾਂ ਤੇ ਮੁੜ ਮੇਰਾ ਗੱਲ ਵੀ ਮੰਨੀ ਕਰੋ ਮੈਂ ਵਡੇਰੀ ਆ ਤੇ ਮੇਰੇ ਮੁਤਾਤ ਰਾਏ ਕਰੋ ਤੁਸੀਂ ਅੱਛਾ ਇਹਦਾ ਮਤਲਬ ਹੈ ਸਾਨੂੰ ਹੁਣ ਤੇਰੇ ਮਤਾ ਇਤਰਾਣਾ ਪਉਸੀ ਨਹੀਂ ਭਾਈ ਜਾਨ ਮੈਂ ਸਵਾਨ ਨਹੀਂ ਮੈਂ ਰਿਮਸ਼ਾ ਨਾਲ ਗੱਲ ਵੀ ਕਰਦੀ ਹਾਂ ਮੂੰਹ ਤੇਰਾ ਉਹਦੇ ਤੇ ਸੁਣਦੇ ਤਾਂ ਤੂੰ ਮੈਨੂੰ ਹੀ ਪਈ ਹੈ ਨਾ ਨਹੀਂ ਭਾਈ ਜਾਨ ਸੁਣ ਲਿਆ ਭਾਈ ਜਾਨ ਇਹ ਗੱਲ ਸਾਰਿਆਂ ਵਾਸਤੇ ਹੈ ਉਹ ਸਹੀ ਆ ਦੇਣਾ ਵੀ ਆਖ ਦੀ ਨੂੰ ਤੇ ਸੁਣਾਵਾ ਨਾ ਹੁਣ ਨਹੀਂ ਭਾਈ ਜਾਨ ਮੈਂ ਰਿਮਸ਼ਾ ਨਾਲ ਗੱਲ ਕੀਤੀ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਭਾਈ ਜਾਨ ਉਹ ਕੀ ਖਾ ਪਾਈਏ ਤੁਸੀਂ ਉਹ ਪਿਛਲੀਆਂ ਪਹਿਲੀਆਂ ਮੈਂ ਤੁਹਾਡਾ ਰੋਲਾ ਸੁਣ ਕੇ ਆ ਗਿਆ ਕੀ ਰੋਲਾ ਕੀ ਖਪੇ ਟੁੱਕਰ ਦਾ ਕਿਰਾਏ ਨਹੀਂ ਮਿਲਦਾ ਇੱਥੇ ਸਾਰੀ ਦੀਵਾਰ ਧੁੱਪ ਤੇ ਕੰਮ ਕਾਰ ਕਰਕੇ ਅਮਨੇ ਉਹ ਆਦੀ ਮੈਂ ਨਹੀਂ ਪਕਾਉਣੀ ਆਦੀ ਮੈਂ ਸਾਰੇ ਕੰਮ ਕਰੇ ਅਸੀਂ ਹੁਣ ਹੋਟਲਾਂ ਤੋਂ ਜਾ ਕੇ ਖਾਵੀਏ
ਉਹ ਹੋਟਲਾਂ ਤੋਂ ਕਿਉਂ ਖਾਓ? ਇਹਨੂੰ ਮੈਂ ਕਦੇ ਪਰਨਾ ਕੇ ਲਿਆਂਦਾ। ਮੇਰੀ ਗੱਲ ਸੁਣ, ਟਾਈਮ ਸਿਰ ਰੋਟੀ ਪਕਾ ਕੇ ਦਿਆ ਕਰ ਮੇਰੇ ਭਰਾਵਾਂ ਨੂੰ। ਸਮਝ ਗਈ ਹੈ ਨਾ? ਠੀਕ ਹੈ ਜੀ, ਮੈਂ ਤਾਂ ਪਕਿੰਦੀ ਪਿਆ ਸੂ ਭਾਈ, ਅਜੇ ਹੁਣੀ ਆਏ ਤੇ ਮੈਂ ਦਿੰਦੀ ਆ ਰੋਟੀ ਇਹਨਾਂ ਨੂੰ। ਹਾਂ ਤੇ ਰੌਲਾ ਕਿਸ ਗੱਲ ਦਾ? ਚਾਂ 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 ਕਰਕੇ ਰੋਟੀ ਦਿੰਦੇ। ਮੇਰੀ ਗੱਲ ਸੁਣ, ਆਇੰਦਾ ਮੈਨੂੰ ਸ਼ਿਕਾਇਤ ਕੋਈ ਨਹੀਂ ਆਣੀ ਚਾਹੀਦੀ। ਸਮਝ ਗਈ ਹੈ ਨਾ ਜੀ? ਠੀਕ ਹੈ, ਨਹੀਂ ਆਉਂਦੀ। ਹਾਂ ਨਹੀਂ ਤੇ ਘਰ ਤੇਰਾ ਨੇੜੇ, ਮੈਂ ਛੱਡਾ ਸਹੀ ਉੱਥੇ ਜਾ ਕੇ। ਨਹੀਂ ਮੌਕਾ ਦਿੰਦੀ ਆਂਦਾ ਸ਼ਿਕਾਇਤ ਦਾ ਜੀ? ਹਾਂ ਮੌਕਾ ਦੇਣਾ ਵੀ ਨਹੀਂ। ਹਾਂ ਕਿਉਂ ਤੇ ਖਲੋਤੀ ਨਾ ਰਹਿ, ਜਾ ਜਾ ਕੇ ਰੋਟੀਆਂ ਪਕਾ। ਮੁੱਕ ਗਈ ਹੈ ਬਾਈ ਜਾਨ, ਰਾਹ ਤੂੰ ਕਿਉਂ ਨਾ ਰਾਤ ਸੀਨਾ ਯਾਰ? ਨਾਰਾਜ਼ਗੀ ਦੀ ਕਿਹੜੀ ਗੱਲ ਹੈ ਜੀ? ਜਿਹੜਾ ਬੁਲੈਂਦਾ ਵੱਖੀ ਚੋਂ ਬੁਲੈਂਦਾ, ਵੱਖੀ ਚੋਂ ਬੁਲੈਂਦਾ। ਉਹ ਨਹੀਂ ਕੋਈ ਖੈਰ ਹੈ, ਉਹ ਔਰਤਾਂ ਨੇ ਉਹਨਾਂ ਦੇ ਅਕਲ ਜਿਹੜੀ ਨੂੰ ਗਿਟਿਆਂ 'ਚ ਹੁੰਦੀ ਹੈ। ਹੁਣ ਬਾਈ ਜਾਨ ਵੇਖੋ ਨਾ, ਫਿਰ ਰੋਟੀ ਦੀ ਕਿਹੜੀ ਗੱਲ ਹੈ? ਜਿਸ ਟਾਈਮ ਮਿੰਦਾ ਇਹੋ ਬਿਸਤੀ ਵਾਲੀ ਗੱਲ ਵਿੱਚ ਨਦੀਮ ਆ ਲੈਂਦਾ ਨਾ, ਮੈਂ ਉਹਨੂੰ ਆਉਣਾ ਵੀ ਗੱਲ ਹੈ ਵੀ ਤੁਸਾਂ ਤਾਂ ਕਾਲੀਆਂ ਸ਼ਾਦੀਆਂ ਆਪਣੀ ਬੀਵੀ ਵਾਲੇ ਹੋ ਗਿਆ, ਤੂੰ ਅੰਤ ਹਰ ਟਾਈਮ ਪੱਕੀ ਪਕਾਈ ਮਿਲਦੀ ਹੈ, ਮੇਰਾ ਦੱਸੋ ਕੌਣ ਹੈ? ਤੁਸੀਂ ਇੰਝ ਕਰੋ ਨਾ, ਮੈਂ ਵੱਖਰਿਆ ਹੁੰਦਾ। ਕੀ ਮਤਲਬ ਤੂੰ ਵੱਖਰੇ ਹੋਣਾ ਪਾਏ ਹੋਏ ਬਰਾਵਾ, ਵੱਖਰੇ ਵੱਖਰੇ ਹੋਣ ਦਾ ਰੋਲਾ ਪਾਏ ਹੋਏ ਨੇ? ਖੈਰ ਤਾਂ ਹੈ ਅੱਜ ਤੁਹਾਨੂੰ ਨਦੀਮ, ਮੇਰਾ ਖਿਆਲ ਹੈ ਇਹਦਾ ਕੋਈ ਦਿਮਾਗ ਚੱਲ ਗਿਆ, ਇਹ ਵੱਖਰੇ ਹੋਣ ਦੀਆਂ ਗੱਲਾਂ ਕਰਦਾ ਹੋਇਆ। ਦਿਮਾਗ ਮੇਰਾ ਚੱਲ ਗਿਆ ਵੀ ਤੁਹਾਡੇ ਸਾਹਮਣੇ ਰੋਟੀ ਮੰਗੋ ਤਾਂ ਐਂ ਕਰਕੇ ਬਿਸਤੀ ਹੁੰਦੀ, ਦੁਰ ਦੁਰ ਹੁੰਦੀ ਇਹ ਵੋ, ਤੁਸੀਂ ਤਾਂ ਵੇਖੋ ਨਾ ਤੁਹਾਨੂੰ ਹਰ ਟਾਈਮ ਪੱਕੀ ਪਕਾਈ ਮਿਲਦੀ। ਨਦੀਮ ਬਈ ਮੈਨੂੰ ਵੱਖਰਿਆ ਕਰੋ, ਮੈਂ ਆਪਣਾ ਗੁਜ਼ਾਰਾ ਕਿਵੇਂ ਔਖੇ ਸੁੱਖੇ ਕਰ ਲਈ ਸਾਂ, ਤੁਸੀਂ ਮੀਆਂ ਆਪਣੀਆਂ ਸਵਾਣੀਆਂ ਨਾਲ ਖੁਸ਼? ਨਹੀਂ 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 ਨਹੀਂ, ਮੇਰੀ ਗੱਲ ਸੁਣ, ਠੰਡੇ ਦਿਲ ਨਾਲ ਸੋਚ। ਜ਼ਮੀਨਾਂ ਇਹ ਬਾੜੀਆਂ ਇਹ ਸਾਡੀਆਂ ਸਾਡੀਆਂ ਸਾਂਝੀਆਂ ਨੇ, ਅਤੇ ਅਸੀਂ ਇਤਫਾਕ 'ਚ ਰਹਾਂਗੇ ਨਾ, ਤੋ ਕਹਿੰਦੇ ਨਾ ਇਤਫਾਕ 'ਚ ਬਰਕਤ ਹੈ। ਉਹ ਬਾਈ ਜਾਨ ਮੈਂ ਇਹਨਾਂ ਨੂੰ ਹੁਣ ਦੱਸੋ ਕੀ ਕਰਾਂ, ਇਹ ਜ਼ਮੀਨਾਂ ਨੂੰ, ਇਹ ਵਾੜੀਆਂ ਨੂੰ, ਇਹ ਇਹ ਜਿਹੜੀ ਮੁੰਜੀ, ਮੈਨੂੰ ਜਦੋਂ ਰੋਟੀ ਨਹੀਂ ਮਿਲਣੀ ਬਈ ਮੈਨੂੰ ਤੁਸੀਂ ਜਰਾ ਵੱਖਰਿਆਂ ਕਰੋ। ਬਾਈ ਮੇਰੀ ਗੱਲ ਸੁਣ, ਕੋਈ ਗੱਲ ਦੀ ਵਜ੍ਹਾ ਤੋਂ ਬੰਦਾ ਵੱਖਰਾ ਹੁੰਦਾ ਹੈ, ਸ਼ਰੀਕ ਕੀ ਆਖਸੇ? ਰੋਟੀ ਬਿਰਾਹ ਨੂੰ ਨਾ ਦੇ ਸਕਿਆ, ਕਿਹੜੀਆਂ ਰੰਨਾਂ ਪਰਨਾ ਕੇ ਲੈਂਦੇ ਨੇ? ਇਸੇ ਵਾਸਤੇ ਇਤਨਾ ਅਰਸਾ ਹੋ ਗਿਆ ਤੇ ਮੈਂ ਵੱਖਰਾ ਨਹੀਂ ਪਿਆਉਂਦਾ, ਬਈ ਸ਼ਰੀਕ ਵਾਕਈ ਤਾੜੀਆਂ ਮਾਰ ਕੇ ਸਨ, ਬਈ ਰੋਟੀ ਦੀ ਕਿਹੜੀ ਗੱਲ ਹੈ? ਲੇਕਿਨ ਹੁਣ ਸੱਚੀ ਪੁੱਛੋ ਨਾ, ਮੇਰੀ ਬਰਦਾਸ਼ਤ ਤੋਂ ਕੰਮ ਬਾਹਰ ਹੋ ਗਿਆ। ਇਹ ਕੀ ਹੋ ਰਿਹਾ, ਹਾਲੇ ਤੱਕ ਤੂੰ ਅੱਗ ਬਾਲ ਰਹੀ ਹੈ? ਤੂੰ ਜਾਣ ਬੁੱਝ ਕੇ ਨਾ ਸੁਸਤੀ ਕਰਦੀ ਹੈ, ਜਾਣ ਬੁੱਝ ਕੇ ਦੇਰ ਕਰਦੀ ਕਿ ਘਰ 'ਚ ਤਮਾਸ਼ਾ ਬਣੇ, ਆਪਸ ਵਿੱਚ ਨਾ ਲੜਨ, ਫਸਾਦ ਬਣੇ ਘਰ 'ਚ। ਮੈਂ ਤਾਂ ਕੋਈ ਜਾਣ ਬੁੱਝ ਕੇ ਕਰਦੀ ਪਈ, ਮੈਂ ਕਰਦੀ ਆ? ਜੁਲਕਾ ਪਾਇਆ ਹੋਇਆ ਤਾਂ ਹੈ, ਘੰਟਾ ਹੋ ਗਿਆ ਤੈਨੂੰ ਅੱਗ ਬਾਲਦਾ ਹੋਇਆ, ਹੈ ਅੱਗ ਨਹੀਂ ਬਲੀ ਗਈ ਤੇਰੇ ਤੋਂ? ਰਿਮਸ਼ਾ ਤੂੰ ਹੱਦ ਜ਼ਿਆਦਾ ਕਰਾਸ ਵੀ ਕਰਦੀ ਹੈ, ਤੇ ਮੈਂ ਇਸ ਘਰ ਦੀ ਵਡੇਰੀ ਹਾਂ, ਤੇ ਮੇਰੇ ਨਾਲ ਮੂੰਹ ਜ਼ਬਾਨ ਸੰਭਾਲ ਕੇ ਗੱਲ ਕੀਤੀ ਕਰੋ। ਅੱਛਾ ਤਾਂ ਤੂੰ ਇਸ ਘਰ ਦੀ ਵਡੇਰੀ ਹੈ? ਤੂੰ ਕੱਲੀ ਵਡੇਰੀ ਨਹੀਂ, ਮੈਂ ਇਸ ਘਰ ਦੀ ਸੈਣ ਆ, ਸਮਝ ਆਈ ਨਾ? ਤੂੰ ਕੱਲੀ ਇੱਥੇ ਪਰਨਾ ਕੇ ਨਹੀਂ ਆਈ ਹੈ, ਸਮਝ ਆਈ ਨਾ? ਤੂੰ ਤੇ ਮੋਲ ਵੇਖ ਕੇ ਆਈ ਹੈ, ਗਰੀਬ ਜੀ ਨਿਕੰਮੀ ਜਿਹੀ। ਹਾਂ ਮੈਂ ਤਾਂ ਡੋਲੀ 'ਚ ਪਰਨੀ ਕੇ ਆਈ ਹਾਂ, ਤਾਂ ਤੂੰ, ਤੈਨੂੰ ਤਾਂ ਬਿਰਾਦਰੀ 'ਚ ਕਿਸੇ ਨੇ ਲਿਆ ਵੀ ਨਹੀਂ। ਮੇਰੀ ਮਾਂ ਜ਼ਾਲਿਮ ਆ ਰਿਮਸ਼ਾ, ਉਸ ਮੈਂ ਨਾ ਕਹਿੰਦੇ ਮੈਂ ਹੁਕਮ ਤੇ ਪਾਬੰਦ ਆ ਸੂ, ਠੀਕ ਹੈ ਨਾ? ਤੇ ਮੈਨੂੰ ਵੀ ਕੋਈ ਨਾ ਸ਼ੌਕ ਇਸ ਬੁੱਢੇ ਨਾਲ ਸ਼ਾਦੀ ਕਰਨ ਦਾ। ਹੋ ਗਈ ਨਾ ਹੁਣ ਸ਼ਾਦੀ, ਹੁਣ ਤੂੰ ਜ਼ਿਆਦਾ ਗੱਲਾਂ ਨਾ ਸੁਣਾ ਮੈਨੂੰ। ਨਾ ਜਾ ਰਿਮਸ਼ਾ, ਤੇਰੀ ਹਿੰਮਤ ਕੀ ਰੋਏ ਮੈਨੂੰ ਹੱਥ ਲਾਇਆ ਕਿ ਹੱਥ ਲਾਇਆ ਰਿਮਸ਼ਾ, ਤੂੰ ਕਿਉਂ ਮੈਨੂੰ ਹੱਥ ਲਾਟੀ? ਓ ਮੇਰੇ ਭਰਾਵਾ, ਮੈਂ ਘਰ ਦਾ ਵਟਕਾ, ਸਮਝ ਗਿਆ ਨਾ? ਤੇ ਜਦ ਤੱਕ ਮੈਂ ਹਾਂ ਨਾ, ਤੁਸੀਂ ਵੱਖ ਨਹੀਂ ਹੋ ਸਕਦੇ, ਇਹ ਭੁੱਲ ਜਾ। ਵਟਕਾ ਤੁਸੀਂ ਨਾ ਦੇ ਵਟਕੇ ਹੋ ਬਾਈ ਜਾਨ, ਆਓ ਵੇਖੋ ਨਾ, ਆਹ ਲੜਦੀਆਂ ਪਈਆਂ ਨੇ ਵੇਖੋ, ਆਹ ਇੱਕ ਦੂਜੇ ਜੁੰਡੇ ਪਈਆਂ ਪੜੇਂਦੀਆਂ ਨੇ, ਇਹ ਤੁਹਾਡਾ ਕੰਟਰੋਲ ਹੈ? ਉਹ ਕੀ ਹੋ ਗਿਆ, ਉਹ ਕੀ ਹੋ ਗਿਆ ਤੁਹਾਨੂੰ? ਗੱਲਾਂ ਨਾਲ ਤਾਂ ਬੰਦਾ ਸਾਰੇ ਕਲਾਬੇ ਮਿਲਾ ਲੈਂਦਾ ਹੈ। ਕੀ ਤਮਾਸ਼ਾ ਤੁਸੀਂ ਬਣਾਇਆ ਹੋਇਆ, ਚੱਲ ਇਹਦੇ ਆਓ ਮੇਰੇ ਕੋਲ, ਇਹ ਆਓ ਵੇਖੋ, ਆਓ ਕਿਹੜਾ ਦੁਰੋਲ ਪਿਆ ਖਲੋਤਾ, ਆਓ ਲੜਾਈਆਂ ਪਈਆਂ ਖਲੋਤੀਆਂ ਨੇ, ਇੱਕ ਦੂਜੇ ਜੁੰਡੇ ਪਾਟ ਪਾਟ ਕੇ, ਤੇ ਇਹ ਦੋਵੇਂ, ਇਹ ਤਾਂ ਹੋਏ ਰੰਨਾਂ ਨਾਲ ਉਪੈੜੇ, ਸਿਰਫ ਗੱਲਾਂ ਨਾਲ ਅਸਮਾਨ ਹੇਠਾਂ ਜ਼ਮੀਨ ਮਿਲਾਈ ਖਲੋਤਾ। ਜਾਨ ਬੁੱਝ ਕੇ ਤਮਾਸ਼ਾ ਬਣਾਉਂਦੀ ਹੈ, ਨਦੀਮ ਹੁਣ ਵੇਖ ਲਿਆ ਰਿਮਸ਼ਾ ਤੋਂ ਮੇਰੇ ਉੱਤੇ ਹੱਥ ਪਹਿਲੇ ਚਾਇਆ ਹੈ। ਚੁੱਪ ਕਰੋ ਹੁਣ, ਮਰਾ ਤਾਂ ਖਲੋਤੇ ਹੋਣੇ ਨਹੀਂ, ਚਰ ਚਰ ਕਰਿੰਦੀ ਹਰ ਵਕਤ ਮੇਰੀ ਬੇਇੱਜ਼ਤੀ ਕੀਤੀ, ਰੱਖੀ ਕਰੋ, ਇਹਨੂੰ ਵੀ ਕੋਈ ਸਮਝਾ ਲਿਆ। ਬੈ ਚੁੱਪ ਕਰਕੇ ਬਸ ਕਰ, ਕਿੰਨਾ ਬੋਲਦੀ ਹੈ ਨਦੀਮ, ਵੇਖ ਤੇ ਸਹੀ, ਅੱਜ ਤਾਂ ਤੁਸੀਂ ਵੇਖ ਹੀ ਲਿਆ ਨਾ। ਸੁਣਦਾ ਪਿਆ ਬਿਰਾ ਵੱਡਾ ਵਡੇਰਾ ਹੈ ਘਰ 'ਚ, ਤੇ ਆਪਣੀ ਸਵਾਣੀ ਨਹੀਂ ਸੰਭਾਲੀ ਜਾਂਦੀ। ਸੰਭਾਲ ਲੈ ਸਾਂ, ਮੈਂ ਸੰਭਾਲ ਲੈ ਸਾਂ, ਤੁਸੀਂ ਫਿਕਰ ਨਾ ਕਰੋ। ਸੰਭਾਲ ਲੈ ਸਾਂ ਜਦੋਂ ਅਸੀਂ ਮਰ ਗਏ ਭੁੱਖ ਨਾ। ਓਹ ਹੋ ਮੈਂ ਜਾਨ, ਤੁਸੀਂ ਸੰਭਾਲ ਲਈ ਤੇ ਅਸੀਂ ਵੇਖ ਲਿਆ। ਭੁੱਖ 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 ਹਰ ਵੇਲੇ ਭੁੱਖ ਯਾਰ, ਕਿਸ ਟਾਈਮ ਭੁੱਖ ਤੋਂ ਬਾਹਰ ਵੀ ਨਿਕਲੋ। ਗੱਲ ਭੁੱਖ ਦੀ ਨਹੀਂ, ਇੱਜ਼ਤ ਦੀ ਗੱਲ ਹੈ। ਹਾਂ ਚੰਗੀ ਇੱਜ਼ਤ ਰੱਖੀ, ਘਰ ਸੰਭਾਲ ਹੀ ਨਹੀਂ ਤਾਂ ਮੁੜ ਦੱਸ ਕਿਹੜੀ ਗੱਲ, ਵੱਡਾ ਬਣਿਆ ਵਾ ਭਾਈ। ਆ ਤੂੰ ਜਿਵੇਂ ਆਖੇ ਘਰ 'ਚ ਮੈਂ ਵੱਡਾ, ਤੇਰੀ ਕੋਈ ਮੰਨਿੰਦਾ ਹੈ? ਸਵਾਣੀ ਤੇਰੀ ਗੱਲ ਕੋਈ ਨਹੀਂ ਮੰਨਦੀ, ਤੇਰੀ ਵੀ ਕਾਰੀ ਮੰਨਦੀ। ਹੁਣ ਵੇਖ ਲੈ ਨਾ ਤੇਰੇ ਸਾਹਮਣੇ ਕੀ ਹੁੰਦਾ ਰਿਹਾ। ਸਪਿਰਾਵਾ ਸਾਰੇ ਕੱਪੜੇ ਇਸਤਰੀ ਕਰਕੇ ਤੈਨੂੰ ਇਹ ਰਿਮਸ਼ਾ ਦਿੰਦੀ, ਜੁੱਤੀ ਪਾਲਿਸ਼ ਕਰਕੇ ਤੈਨੂੰ ਦਿੰਦੀ, ਰੋਟੀ ਤੇਰੇ ਅੱਗੇ ਰੱਖਦੀ ਹੈ, ਹੁਣ ਬੈੜੀ ਹੋ ਗਈ ਰਿਮਸ਼ਾ। ਯਾਂ ਯਾਂ ਕਰਕੇ ਸਵਾਣੀਆਂ ਨਾਲ ਗੱਲਾਂ ਕਰਦੇ ਨੇ, ਰਣ ਮੁਰੀਦ ਬਣੇ ਹੋਇਆ ਤੂੰ।
ਤੂੰ ਜਦੋਂ ਪਰਨੀ ਜਾਸੇ ਨਾ ਸਿਰੇ ਬੰਨ ਲਈ ਸਾਂ ਵੇਖ ਸੰਗਾ ਤੂੰ ਕਿੱਡਾ ਗੱਭਰੂ ਹੋਇਆ ਤਾਂ ਨਹੀਂ ਨਾ ਮੈਂ ਪਰਨਿਆ ਤਾਂ ਨਹੀਂ ਹਾਂ ਪਰਨੀਵਣਾ ਵੀ ਕੋਈ ਨੂੰ ਜਿਹੜੀ ਨੀਆਂ ਤੇ ਤੇਰੀ ਸਿੱਧੀ ਮੇਰੀ ਨੀਅਤ ਠੀਕ ਕਰ ਤੂੰ ਕੀ ਨੀਅਤ ਠੀਕ ਮੇਰੀ ਕੀ ਗੱਡੀਆਂ ਮੈਂ ਡਾਕੂ ਆ ਫਰਾੜੀਆਂ ਚੋਇਆਂ ਵਾਸਤੇ ਨੀਅਤ ਬੈੜੀ ਰੱਖੀ ਵੇ ਨਾ ਤੇ ਐਵੇਂ ਕੁਆਰੇ ਮਰਨਾ ਹੀ ਔਰਤ ਹੀ ਮਰਨਾ ਹੀ ਹਾਂ ਆ ਜਦਾਦ ਲੋਕਾਂ ਹੀ ਖਾਵਣੀ ਹੈ ਕਾਵਾਂ ਦੇ ਆਖੇ ਢੋਰ ਮਰਦੇ ਨਾ ਨਦੀਮ ਤੇ ਇੱਕ ਵੀ ਢੋਰ ਨਾ ਬਚਦਾ ਬਸ ਕਰ ਤੂੰ ਭਾਈਆ ਬਸ ਕਰ ਨਦੀਮ ਤੂੰ ਬਸ ਕਰ ਇਹਨਾਂ ਦੇ ਨਾਲ ਸਰ ਖਪਾਉਣਾ ਨਾ ਫਜ਼ੂਲ ਹੈ ਚਲ ਆ ਤੂੰ ਹਾਂ ਹਾਂ ਜਾ ਜਾ ਸੱਚੀਆਂ ਗੱਲਾਂ ਜੀ ਹੁੰਦੀਆਂ ਪਈਆਂ ਅੰਨਾ ਤੂੰ ਤਾਂ ਤੂੰ ਜਾਣਾ ਹੀ ਗਾਈ ਹੁਣ ਤੈਨੂੰ ਕੀ ਰੋਲਾ ਨਾ ਜਾਵਣ ਦੇ ਤੂੰ ਝੁਮੜ ਫਸਾਦ ਕਰ ਤੂੰ ਤੂੰ ਤਾਂ ਬੱਚਾ ਪਿਕਾਰ ਤੂੰ ਵਿਆਹ ਕਰਾਸ ਕੀਤੀ ਕਰੋ ਤਾਂ ਜਿਹੜਾ ਮੇਰਾ ਸਾਈਂ ਬਣਾਉਂਦਾ ਤੂੰ ਵੀ ਮੇਰਾ ਸਾਈਂ ਬਣ ਨਦੀਮ ਵੀ ਮੇਰਾ ਸਾਈਂ ਬਣੇ ਰਿਮਸ਼ਾ ਤੇ ਹੁਕਮ ਚ ਲੈਂਦੀ ਗਿਆ ਜਿਹੜਾ ਮੇਰਾ ਸਾਈਂ ਹੈ ਨਾ ਮੈਂ ਸਮਝਾਵੇ ਕਿਸੇ ਨੂੰ ਕੋਈ ਨਹੀਂ ਆਕੋ ਹੁਣ ਸੁਣ ਦੇ ਪਿਆ ਭਾਈ ਜਾਨ ਤੇਰੇ ਕੋਲ ਤੈਨੂੰ ਅਖੀ ਬਣਾ ਕੋਤਰੇ ਮੈਂ ਕਹਿੰਦਾ ਮੇਰੇ ਦਸੇ ਖਬਰਦਾਰ ਖਬਰਦਾਰ ਮੇਰੇ ਭਰਾਵਾਂ ਦੇ ਅੱਗੇ ਅਗਰ ਤੂੰ ਅੱਖ ਵੀ ਚੁੱਕੀ ਸਮਝ ਗਈ ਨਾ ਮੈਂ ਤੈਨੂੰ ਗੋਲੀ ਮਾਰ ਕੇ ਦਰਿਆ ਦੇ ਵਿੱਚ ਸੁੱਟ ਦੇਵਾਂਗਾ ਇਸ ਹਿਸਾਬ ਨਾਲ ਤਾਂ ਗੋਲੀ ਠੀਕ ਹੈ ਗੋਲੀ ਮਾਰ ਦੇ ਤੂੰ ਮੈਨੂੰ ਮੈਂ ਮਾਰ ਵੀ ਜਾਵਾਂਗਾ ਗੱਲਾਂ ਕਰਨ ਦੀ ਹੈ ਜਨ ਦੌਰ ਕੋਈ ਇੰਜ ਆ ਗਿਆ ਕਿ ਪਿਆਰ ਔਰ ਮੁਹੱਬਤ ਦੀ ਜ਼ਬਾਨ ਤਾਂ ਸਮਝਦਾ ਹੀ ਕੋਈ ਨਹੀਂ ਯੱਲੂ ਸਮਝਦੇ ਹੁਣ ਲਿੱਤਰ ਤੇ ਛੋਟੇ ਨਾਲ ਹੀ ਸਮਝਦੇ ਉਹ ਭਾਈ ਜਾਨ ਕਿਹੜੀ ਗੱਲਾਂ ਵਿੱਚ ਪੈ ਗਏ ਸਾਰਾ ਨਸ ਗਈ ਏ ਹੈ ਹਾਂ ਉਹ ਆਲਮ ਸ਼ੇਰ ਹਾਂਜੀ ਐਡੇ ਚਾ ਹਾਂਜੀ ਉਹ ਸਾਰਾ ਨਸ ਗਈ ਆ ਘੋੜੀ ਕੱਟ ਚੋਂਦਾ ਪਿੱਛਾ ਕਰ ਮੈਂ ਜਲਦੀ ਹੁਣੇ ਗਿਆ ਜਲਦੀ ਕੱਟ ਯਾਰ ਬਜਾ ਉਹਨੂੰ ਜਲਦੀ ਕੱਟ ਹੁਣੇ ਗਿਆ ਹੋਰ ਲਾ ਉਹ ਜਲਦੀ ਕੱਟ ਕੇ ਬਜਾ ਤੇ ਉਹਨੂੰ ਜੜਿਆ ਨਾ ਦੂਰ ਲੈ ਜਾਵਣ ਦੇ ਵੀ ਜਿੰਦਾ ਨਹੀਂ ਛੱਡਣਾ ਤੂੰ ਇਹਦੀਆਂ ਲੱਤਾਂ ਵਾਰ ਸ਼ਰੀਕ ਗੱਲ ਕਰੇ ਸੇ ਨਾ ਸਵਾਂ ਨਹੀਂ ਮਾਰ ਕਰਤੀ ਸੂ ਤੇਰੀ ਇੱਜ਼ਤ ਤੇ ਛਰਫ ਹੋਸੀ ਇਸ ਦਾ ਨਾ ਇਸ ਮਰਜ਼ ਦਾ ਇਲਾਜ ਮੇਰੇ ਕੋਲ ਤੇਰੇ ਕੋਲ ਮੈਂ ਹਾਂ ਮੈਂ ਆਪ ਉਹਨੇ ਦਾ ਇਲਾਜ ਕਰਸ ਨਹੀਂ ਮੈਂ ਨਹੀਂ ਛੱਡ ਮਿੰਟ ਛੱਡ ਜਾ ਪਿਆ ਉਹ ਦੰਦਾ ਮੈਂ ਆਦਾ ਪਿਆ ਨਾ ਇਹਦਾ ਮੈਂ ਆਪ ਇਲਾਜ ਕਰਸ ਉੱਠ ਮੈਂ ਤੈਨੂੰ ਹੁਣ ਦੱਸੇ ਨਾ ਕਿ ਤੇਰਾ ਇਲਾਜ ਮੈਨੂੰ ਇਹ ਦੱਸ ਬਈ ਉੱਥੋਂ ਇਹ ਭੱਜਣ ਤੇ ਨਸਣ ਦੀ ਲੋੜ ਕਿਹੜੀ ਆ ਕਮਾਲ ਕੀਤਾ ਤੂੰ ਤੂੰ ਵੀ ਬਸ ਹੀ ਕਰ ਤੂੰ ਵੀ ਉਹਨਾਂ ਦੇ ਨਾਲ ਹੋ ਗਿਆ ਕਰ ਅਗਲੇ ਢੰਗ ਚਾਟਾ ਮਾਰੀਆਂ ਪਤੀ ਮਿੰਟ ਕਿਹੜੀਆਂ ਡਾਡੀਆਂ ਲੱਗੀਆਂ ਆਨੋ ਬਾਈ ਇਤਨੀ ਬੋਲੀ ਇਹਦੂ ਵੇਚ ਇਹਨੂੰ ਚਾਟਾ ਉਹਨਾਂ ਦੇ ਸਾਹਮਣੇ ਨਾ ਮਾਰਾ ਉਹਨਾਂ ਨੂੰ ਸ਼ੱਕ ਨਹੀਂ ਪੱਕ ਹੋ ਜਾਣਾ ਹੈ ਬਈ ਇਹਨਾਂ ਦਾ ਕੋਈ ਚੱਕਰ ਹੈ ਅਲਾ ਹੁਣ ਮੈਂ ਤੇ ਨਹੀਂ ਨਾ ਪਤਾ ਕੁਝ ਕਰ ਉਹਨਾਂ ਦਾ ਅਬੂ ਡਰਦਾ ਠੀਕ ਹੈ ਤਿਆਰ ਹੈ ਤੂੰ ਹਾਂ ਮੈਂ ਤਿਆਰ ਹਾਂ ਡਰ ਚੋਂ ਤੈਨੂੰ ਔਲਾਦ ਹੈ ਹੀ ਹੋਣੀ ਕਾਇਨ ਤੇ ਬਿਹਤਰ ਹੈ ਇਹ ਗੱਲ ਸੁਣ ਇਹਨੂੰ ਮੈਂ ਸਾਫ਼ ਨਾ ਕਰ ਦੇਵਾਂ ਵਿੱਚ ਹਾਂ ਇਹ ਹੀ ਤਾਂ ਚਾਹੁੰਦੀ ਹੈ ਸੋ ਮੰਮੀ ਇਹ ਹੀ ਚਾਹੁੰਦੀ ਹੈ ਸੋ ਤੂੰ ਸਾਫ਼ ਕਰ ਤੇ ਨਦੀਮ ਹੀ ਮੇਰੇ ਜ਼ਿੰਮੇ ਆਇਆ ਠੀਕ ਹੈ ਗੱਲ ਸੁਣ ਪੰਜੀ ਕਿਲੇ ਰਕਬਾ
ਇਹਨਾਂ ਨੂੰ ਮੈਂ ਖਾਵਣ ਦੇ ਨੱਕ ਲਿਆ ਇਹ ਜਿਹੜੇ ਆਨੇ ਫਾੜ ਫਾੜ ਕੇ ਬੈਠੇ ਹੋਏ ਤੇ ਨਦੀਮ ਦਾ ਵੀ ਮੈਂ ਰਾਹ ਲੈਣੇ ਠੀਕ ਹੈ ਤੇ ਜਿਹੜੀ ਰਿਮਸ਼ਾ ਹੈ ਨਾ ਹਾਂ ਉਹ ਤੇਰੇ ਜ਼ਿੰਮੇ ਆ ਤੁਸੀਂ ਬੇਫਿਕਰ ਹੋ ਜਾਓ ਹੁਣ ਤਾਂ ਮੈਂ ਠਿਕਾਣੇ ਲਾ ਹੀ ਲਈ ਸੰਗੇ ਤੂੰ ਹੁਣ ਮੈਂ ਜਾਣਦੀ ਹੈ ਪੱਕੇ ਪੈਰੀ ਕਰਨਾ ਜਿਹੜਾ ਕਰਨਾ ਹਾਂ ਤੇ ਬੁੱਢਾ ਤੇ ਨਦੀਮ ਮੇਰੇ ਜ਼ਿੰਮੇ ਆ ਠੀਕ ਹੈ ਤੇ ਹੁਣ ਦੇਰ ਨਹੀਂ ਕਰਨੀ ਅੱਜ ਹੀ ਜਿਹੜਾ ਹੈ ਨਾ ਇਹ ਸਾਰਾ ਨਿਜ਼ਾਮ ਓਕੇ ਹੋਣਾ ਚਾਹੀਦਾ ਠੀਕ ਹੈ ਠੀਕ ਹੈ ਹੋਰ ਨਦੀਮ 6 ਮਹੀਨੇ ਹੋ ਗਏ ਤੈਨੂੰ ਇਹ ਗੱਲ ਕਰਦੇ ਹੋਇਆ ਵੱਡੇ ਭਰਾ ਨੂੰ ਤੂੰ ਕਦਨ ਮਾਰਨਾ ਹੈ ਜਦੋਂ ਉਹਦੀ ਔਲਾਦ ਹੋ ਗਈ ਔਲਾਦ ਹੋ ਗਈ ਤੇ ਇਸ ਘਰ ਦਾ ਵਾਰਸ ਆ ਜਾਏਗਾ ਵਾਰਸ ਹੈ ਕੀ ਹੋਣਾ ਜਿਹੜਾ ਸਾਡੇ ਤੋਂ ਹੋਣਾ ਇਮਸ਼ਾ ਤੂੰ ਬੇਫਿਕਰ ਹੋ ਜਾ ਬੇਫਿਕਰ ਹੋ ਜਾ ਵਾਕਈ ਵਾਰਸ ਸਾਡਾ ਹੀ ਹੋਣਾ ਜਿਹੜਾ ਜੰਮਣਾ ਸਾਡਾ ਲੇਕਿਨ ਉਹ ਤਾਂ ਮੈਂ ਗੱਚਕਾ ਕਾੜ ਲੈਣਾ ਤੂੰ ਟੈਨਸ਼ਨ ਨਾ ਲਓ ਅੱਜ ਹੀ ਉਹਨੂੰ ਫਾ ਦੇ ਕੇ ਮਾਰ ਛੱਡਣਾ ਪਤਾ ਨਹੀਂ ਅੱਜ ਕਦੋਂ ਆਏਗੀ ਤੇ ਜਿਹੜਾ ਦੂਆ ਵਿਰਾ ਹੈ ਉਸ ਔਤਰੀ ਮਰਨਾ ਹੈ ਨਾ ਉਹਦੀ ਸ਼ਾਦੀ ਹੋਣੀ ਹੈ ਨਾ ਉਸ ਹਿੱਸਾ ਵਿੱਚ ਲੈਣਾ ਹੈ ਸਾਰਾ ਹਿੱਸਾ ਸਾਡਾ ਹੋਣਾ 5 ਕਿੱਲੇ ਜ਼ਮੀਨ ਹੈ ਇਹ ਸਾਰੀ ਸਾਡੇ ਕੋਲ ਹੀ ਹੋਣੀ ਹੈ ਸਾਡਾ ਜਿਹੜਾ ਪੁੱਤਰ ਜੰਮਣਾ ਇਨਸ਼ਾਅੱਲਾ ਉਸੇ ਦੀ ਹੋਣੀ ਸਾਰੀ ਤੂੰ ਪਰੇਸ਼ਾਨ ਨਾ ਹੋਈ ਘਰ ਆਟ ਹੈ ਪਰੇਸ਼ਾਨ ਨਾ ਹੋ ਤਾਂ ਹੋਰ ਕੀ ਕਰਾਂ ਮੈਂ ਇਸੇ ਦੇ ਵਿੱਚ ਆ ਗੱਲ ਲੈ ਚੀ ਤੂੰ ਟੈਨਸ਼ਨ ਲੈਣ ਦੀ ਤੇ ਲੋੜ ਹੀ ਕੋਈ ਨਹੀਂ ਨਦੀਮ ਜੋ ਹੋ ਨਾ ਮੈਨੂੰ ਕੁਝ ਵੀ ਨਹੀਂ ਪਤਾ ਜਲਦੀ ਕਰ ਤੂੰ ਇੱਕ ਤਾਂ ਤੂੰ ਜਜ਼ਬਾਤੀ ਹੋ ਜਾਂਦੀ ਰਿਮਸ਼ਾ ਮੈਂ ਜੋ ਤੈਨੂੰ ਆਖਿਆ ਮੈਂ ਉਹਦੀ ਔਰ ਦੇ ਵਿੱਚ ਆ ਜੇਲੇ ਮੈਨੂੰ ਮੌਕਾ ਮਿਲਣਾ ਉਹਨੂੰ ਫਾ ਦੇਣਾ ਬੁੱਢੇ ਨੂੰ ਠੀਕ ਹੈ ਨਦੀਮ ਮੈਨੂੰ ਤਾਂ ਲੱਗਦਾ ਕਿ ਤੇਰੇ ਤੋਂ ਇਹ ਕੰਮ ਨਹੀਂ ਹੋਣਾ ਵਿਰਾਜ ਹੋਇਆ ਕਿਵੇਂ ਮਾਰ ਸਕਦਾ ਤੂੰ ਮੁਸ਼ਕਿਲ ਹੀ ਹੈ ਕਿ ਤੂੰ ਇਹ ਕੰਮ ਕਰੇ ਸ਼ਾਮ ਤੋਂ ਪਹਿਲੇ ਤੂੰ ਮਾਰ ਦਿੱਤਾ ਤਾਂ ਠੀਕ ਹੈ ਵਰਨਾ ਮੈਂ ਸਵੇਰੇ ਆਪਣੇ ਘਰ ਚਲੇ ਜਾਣਾ ਓਹੋ ਤੈਨੂੰ ਇੱਕ ਵਾਰੀ ਆਖਿਆ ਤੂੰ ਤਾਂ ਜਜ਼ਬਾਤੀ ਹੋ ਜਾਂਦੀ ਏਦੇ ਆਉਣਾ ਹੀ ਨਹੀਂ ਉਹ ਟਾਈਮ ਆਉਣਾ ਹੀ ਨਹੀਂ ਮੈਂ ਜਾਂਦਾ ਪਿਆ ਹੁਣੇ ਮੁਰਬੇ ਗਿਆ ਮੈਂ ਉੱਥੇ ਹੀ ਉਹਨੇ ਗਲਾ ਦਬਾ ਕੇ ਉਹਨੂੰ ਮਾਰ ਛੱਡਣਾ ਤੂੰ ਬੇਫਿਕਰ ਹੋ ਕੇ ਬਹੁ ਸਮਝ ਆਈਏ ਨਾ ਹਾਂ ਤੂੰ ਟੈਨਸ਼ਨ ਨਾ ਵੀ ਵਿਰਾਹ ਨੂੰ ਮਾਰਨਾ ਕਿਉਂ ਨਹੀਂ ਮਾਰਨਾ ਤੇਰੀ ਖਾਤਰ ਮੈਂ ਜਿਹੜਾ ਤੂੰ ਆਖਿਆ ਮੈਂ ਉਹ ਕਰਨਾ ਤੇ ਜਾ ਨਾ ਫਿਰ ਬੈਠਾ ਕਿਉਂ ਜਾਂਦਾ ਪਿਆ ਹੁਣ ਮੈਂ ਗਿਆ ਹੁਣ ਮਜ਼ਾ ਆਏਗਾ ਸਾਰਾ ਰਕਬਾ ਸਾਰੀ ਜ਼ਮੀਨ ਸਾਡੇ ਹਿੱਸੇ ਚ ਆਏਗੀ ਇੱਥੇ ਬਿਖਰ ਇੱਥੇ ਨਦੀਮ ਓਏ ਨਦੀਮ ਇਹ ਤੂੰ ਕੀ ਕਰਦਾ ਪਿਆ ਹੈ ਪਿਛਾੜ ਜਾ ਤੂੰ ਮੈਨੂੰ ਮਾਰਨ ਦੇ ਨੂੰ ਨਦੀਮ ਨਾ ਕਰ ਨਦੀਮ ਉਹ ਤੂੰ ਵੱਡੇ ਭਰਾ ਨੂੰ ਮਾਰੇਗਾ ਤੈਨੂੰ ਹਿਆ ਨਹੀਂ ਆਉਂਦੀ ਹਾਂ ਹਾਂ ਤੂੰ ਵੀ ਹੋਰ ਇਹਨਾਂ ਨਾਲ ਪਿਆਰ ਕਰ ਹੋਰ ਜਾਨ ਕੁਰਬਾਨ ਕਰ ਤੂੰ ਇਹਨਾਂ ਦੇ ਸਾਹਮਣੇ ਮੈਨੂੰ ਮਾਰਦਾ ਹੈ ਇਹ ਤੇਰੀ ਜਾਨ ਤੇ ਦੁਸ਼ਮਣ ਬਣੇ ਹੋਇਆ ਇਹਨੂੰ ਨਦੀਮ ਓਏ ਤੇਰਾ ਵੱਡਾ ਭਰਾ ਪਿਓ ਬਜਾ ਉਹ ਨਿੱਕੇ ਨਿੱਕੇ ਸੇ ਦੋਏ ਮਾਂ ਬਿਓ ਸਾਡੇ ਮਰ ਗਏ ਮੈਂ ਕਿੰਨੀ ਮਿਹਨਤ ਨਾਲ ਤੁਹਾਨੂੰ ਪਾ ਲਿਆ ਇਸ ਗੱਲ ਦਾ ਸ਼ਾਇਦ ਤੈਨੂੰ ਪਤਾ ਨਹੀਂ ਮਾਰਨਾ ਚਾਹੁੰਦਾ ਮੈਂ ਮਾਰ ਲੈ ਮੈਨੂੰ ਤੇ ਮੇਰੇ ਮਰਿਆ ਤੁਸੀਂ ਅਮੀਰ ਹੁੰਦੇ ਹੋ ਤੇ ਮਾਰ ਲੈ ਭਾਈਆ ਐ ਲੈ ਚੁੱਪ ਕੁਆੜੀ ਮਾਰ ਮੇਰੇ ਸਿਰੇ ਚ ਮਾਰ ਮੇਰੇ ਸਿਰੇ ਚ ਯਾ ਅੱਲਾ ਐਸਾ ਨਹੀਂ ਮੈਂ ਪਾਲੇ ਸਨ ਦੋਏ ਭਰਾ ਕਿ ਅੱਜ ਮੇਰੀ ਜਾਨ ਦੇ ਦੁਸ਼ਮਣ ਬਣ ਜਾ ਤੁਸੀਂ ਨਾ ਰੋ ਰੋਵਾਨਾ ਤੇ ਕੀ ਕਰਾਂ ਮੈਂ ਬੜਿਆ ਸ਼ੌਕਾਂ ਨਾਲ ਪੁੱਤਰ ਬਣਾ ਕੇ ਇਹਨਾਂ ਭਰਾਵਾਂ ਨੂੰ ਮੈਂ ਪਾਲਿਆ ਸੀ ਅੱਜ ਉਹੀ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਨੇ ਮੇਰੇ ਆਉਂਦਿਆਂ ਤੁਹਾਨੂੰ ਕੁਝ ਨਹੀਂ ਹੁੰਦਾ ਕੋਈ ਹੱਥ ਵੀ ਨਹੀਂ ਲੈਂਦਾ ਔਰ ਮੈਂ ਹਾਂ ਨਾ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਨਾ ਰੋ ਕੀ ਕਰ ਰਹੀ ਹੈ ਰਿਮਸ਼ਾ ਐ ਰਿਮਸ਼ਾ ਕਿਦੇ ਨਦੀਮ ਮਾਰ ਦਿੱਤਾ ਤੂੰ ਆਪਣੇ ਭਰਾ ਨੂੰ ਨਹੀਂ ਰਿਮਸ਼ਾ ਮੈਂ ਆਪਣੇ ਭਾਈ ਨੂੰ ਨਹੀਂ ਮਾਰ ਸਕਿਆ ਨਦੀਮ ਮਜ਼ਾਕ ਨਾ ਕਰ ਤੇਰੀ ਹਾਲਤ ਵੇਖ ਕੇ ਲੱਗ ਰਿਹਾ ਕਿ ਤੂੰ ਮਾਰ ਕੇ ਹੀ ਆ ਰਿਹਾ ਹਾਲਤ ਵਾਕਈ ਮੇਰੀ ਖਰਾਬ ਹੈ ਲੇਕਿਨ ਮੈਂ ਆਪਣੇ ਭਾਈ ਨੂੰ ਨਹੀਂ ਮਾਰ ਸਕਿਆ ਮੈਨੂੰ ਘਬਰਾਹਟ ਜੀ ਹੁੰਦੀ ਵੀ ਮੇਰੇ ਵਾਸਤੇ ਪਾਣੀ ਭੈਰੇ ਲੈ ਕੇ ਆ ਸਾਰੀ ਗੱਲਾਂ ਬਾਅਦ ਇੱਕ ਰਿਹਾ ਜਾ ਜਲਦੀ ਜਾ ਸ਼ੁਕਰ
मैं अपने भाई नु नहीं मारिया तो मेरे को बड़ा वड्डा जुल्म हो जाना है। जज्बात च आके होरा लाया जहर तेन पा दी। सही कह रहे तू, जहर है मैं तेन पिवा छी इंज मारा जाता जिम्मे मैं तेन मारे है। सही होया तेरे नाल, मैं तेन पहले कहा कि मार दे अपने बिरा सारी जमीन मैं भी हौले कर देवा इन्हों से कभी भी नहीं, मैं कभी भी नहीं हो दिया। मैं मारना, तू मार के रख दिता। वेख मरदिया मरदिया गल सुन मेरी आखरी, तू आदा मैं उधर जाना तेन पता ही नहीं, तेरी सवानी ते मेरा प्यार सी मोहब्बत सी, शादी करांगा, तू तड़प तड़प के मर, पंजी किले तेरी सवानी ते मेरी शादी। कहंदा सी तू बदनिया ते है शरीका, भिरा दी शकल शरीक सी। दिमशा जेड़ा काम शायद मेरे को नहीं सी होना तू कमाल कर दिता। देख लो दिलावर खान, मैं अपना वादा पूरा कीता। रिमशा उन्हें माल डंगर जायदाद मुंजिया मड्डी तेरी ते मेरी जिंदगी है राशि हो गई है। दिलावर खान तू तो मेरे नाल भी नहीं वादा कीता। हाँ हाँ, एक वादा मेरा रिमशा नाल भी सी और रिमशा नाल भी मेरा प्यार सी। तो तू तो मेरे नाल भी प्यार करता है। मैं रिमशा नाल भी प्यार करना, जेड़ा काम तेरे को नहीं होया उन्हें कर दे। कोई भी हिस्सेदार नहीं रहा, हुण असी रह गए हैं, ते सारी जमीन जायदाद साडी होई। की काम कीता तू रिमशा? दिलावर खान मैं ते अपना वादा पूरा कीता, हुण तुहाडी वारी है वादा पूरा करन दी। तुसी हुकम करो। मैं तैनूं कहा सी के इत्थों दा जिहड़ा वी जमीन है जायदाद रकबा सारा कुछ वेच के ते जिथे मेरा दिल करेगा उत्थे जाके रकबा लेना है ते उत्थे जाके मकान बनाना है। ए कोई कहण दीआं गल्लां ने पगली, ए सारा जायदाद ए 5 किले मैं सारा तड़का कल की, मैं अज तड़क के पहले भी तुहाडी मर्जी नाल हो रिहा सी, हुण जिथे कहोगे सोहणा घर सोनी गड्डी ते जिथे तुसी कहोगे दौलत दी रेल पेल सारा तड़क के सी कमाल जिंदगी गुजारांगे। हेलो व्यूअर, कहिए कैसे हैं आप? मैं हूं आपका अपना दिलावर खान, उम्मीद है आप हमेशा की तरह शाज बशाश और खुश खुर्रम होंगे। आपने देखा कि हमारी कोशिश होती है कि हम आपको हर रोज़ एक नया आइडिया, एक नई आइडियालॉजी और एक नई स्टोरी दें। आपको पता है कि दुनिया में एक कहावत है कि दुनिया में जितने भी ये दंगे फसाद और कत्लो गारत होती है ये 3 चीज़ों के पीछे होती है, जर, जन और ज़मीन। लेकिन मैं ये सोचता हूँ और हमारी टीम ये सोचती है कि आखिर कब तक, इतनी दुनिया तरक्की कर गई, इतनी अवेयरनेस है, आज एक छोटी सी फट्टी जिसको हम रिमोट कहते हैं उस शक्ल में दुनिया आपके हाथ में है और हर तरह के हर मौजू पर ये कत्लो गारत से रोका जा रहा है, बताया जा रहा है हर हवाले से, लेकिन हम फिर भी 1400 साल गुजरने के बाद भी जन जर ज़मीन के पीछे कत्ल करते हैं। जैसा कि आपको पता है कि एक कत्ल जो है वो पूरी इंसानियत का कत्ल है, तो खुदारा ज़मीन के पीछे, जर के पीछे, जर जिसको सोना कहते हैं, दौलत के पीछे और औरत के पीछे मत एक दूसरे को कत्ल करें। और शेक्सपियर ने बड़ी खूबसूरत बात की थी कि दुनिया में कोई ऐसा मसला नहीं है कि जो मज़ाकरात के ज़रिए हल नहीं हो सकता अगर दोनों पार्टियां ईमानदारी से बैठ के उस पर मुज़ाकरात करें और बात करें। तो बाकी बात मैं माइक रिमशा बीबी को देता हूँ, वो आपसे बात करेंगे। जी तो नाज़रीन, सारी बातें तो दिलावर सर ने बोल ही दी हैं, मैं सिर्फ आपसे ये कहना चाहूँगी
कि आपको हमारी ये वीडियो कैसी लगी, आपने लाजमी कमेंट करने होते हैं, तो आपके कमेंट से ही हमें पता चलता है कि आपको हमारी वीडियोस कैसी लगती हैं, तो लाजमी कमेंट करना मत भूलिएगा। दूसरा, इस स्टोरी का एंड यहाँ पर नहीं हुआ, ये स्टोरी यहाँ पर ख़त्म नहीं हुई, आगे आप लोगों ने देखना है कि हमारा अंजाम क्या होगा, मेरे साथ क्या होता है, इनके साथ क्या होता है, तो वो हम आपको दिखाएंगे, आप लोगों को पता चलेगा। इस स्टोरी का आपने ये नहीं सोचना कि ये ख़त्म हो गई है, यहाँ पे यहीं से ट्विस्ट आएगा स्टोरी में। तो नाज़रीन, दूसरा, हमारे साथ दो चेहरे यहाँ पर मौजूद हैं, ये इंशाल्लाह ताला अल्लाह का फजल हुआ तो हमारी टीम के ये हिस्सा बनेंगे, हमारे साथ ही काम करेंगे, तो इनके लिए भी आपने बहुत सारी दुआएँ करनी है। और जाते जाते हमारे वीडियोज़ को सबसे पहले तो बहुत ज़्यादा लाइक किया करें, ज़्यादा से ज़्यादा देखा करें, जितना हो सके आप उन्हें शेयर किया करें। जाते जाते बॉर्डर टीवी जिंदाबाद, पाकिस्तान जिंदाबाद।